ਤੁਸੀਂ ਇੱਕ ਗੱਲ ਵੇਖੋ, ਹਾਲੀਵੁੱਡ ਵਾਲੇ ਬਾਲੀਵੁੱਡ ਵਾਲੇ ਆਪਾਂ ਨੂੰ ਸਪੋਰਟ ਕਰਦੇ ਤਾਂ ਸਾਰੇ ਆਪਦੇ ਬੰਦੇ ਸਾਡੀਆਂ ਲੱਤਾਂ ਖਿੱਚੀ ਜਾਂਦੇ। ਤੋਤੇ ਉਡਾ ਦੇਣਗੇ, ਤੋਤੇ ਸਿੰਘ ਫਸਾ ਕੇ ਦੇਖੋ, ਗੱਲਾਂ ਹੀ ਕਹਿਣੀਆਂ ਸੌਖੀਆਂ ਨੇ। ਚੋਰ ਬਿਨਾ ਪਤਾਤ। ਦੋਸਤੋ, ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਾਰੇ ਗਾਇਕ ਬੁਰੀ ਤਰ੍ਹਾਂ ਨਾ ਪਸੰਦ ਕਿਉਂ ਕਰਦੇ ਹਨ? ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਪਰ ਦੋਸਤੋ, ਉਸ ਤੋਂ ਪਹਿਲਾਂ ਜੇਕਰ ਤੁਹਾਨੂੰ ਵੀ ਸਿੱਧੂ ਮੂਸੇਵਾਲਾ ਜਾਂ ਇਹਨਾਂ ਵਿੱਚੋਂ ਕੋਈ ਵੀ ਪੰਜਾਬੀ ਗਾਇਕ ਵਧੀਆ ਲੱਗਦਾ ਹੈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਿੱਧੂ ਦੇ ਸਭ ਤੋਂ ਵੱਡੇ ਵਿਰੋਧੀ ਗਾਇਕ ਕਰਨ ਔਜਲਾ ਬਾਰੇ, ਜੋ ਕਿ ਕਹਿੰਦੇ ਹਨ ਕਿ ਉਹਨਾਂ ਨੇ ਹੀ ਸਿੱਧੂ ਮੂਸੇਵਾਲੇ ਨੂੰ ਕੈਨੇਡਾ ਵਿੱਚ ਕੰਮ ਦੀ ਸ਼ੁਰੂਆਤ ਕਰਵਾਈ ਸੀ। ਪਰ ਜਦੋਂ ਸਿੱਧੂ ਉਹਨਾਂ ਦੀ ਟੀਮ ਵਿੱਚੋਂ ਕਿਸੇ ਕਾਰਨ ਵੱਖ ਹੋ ਗਏ ਤਾਂ ਦੋਵਾਂ ਗਾਇਕਾਂ ਨੇ ਇੱਕ ਦੂਸਰੇ ਨੂੰ ਆਪਣੇ ਗੀਤਾਂ ਅਤੇ ਲਾਈਵ ਸ਼ੋਅ ਵਿੱਚ ਠੋਕਵੇਂ ਜਵਾਬ ਦੇਣੇ ਸ਼ੁਰੂ ਕਰ ਦਿੱਤੇ। ਕਹਿੰਦਾ ਯਾਰ ਤੂੰ ਆਪਣੀ ਦੁਨੀਆ 'ਚ ਆਪ ਹੀ ਘੈਂਟ ਬਣੀ ਜਾਂਦਾ, ਤੂੰ ਆਪਣੀ ਦੁਨੀਆ 'ਚ ਆਪ ਹੀ ਘੈਂਟ ਬਣੀ ਜਾਂਦਾ, ਆਪਣੀ ਹਿੱਕ ਨੂੰ ਆਪ ਹੀ ਥਾਪੜ ਕੇ ਆਪ ਹੀ ਤਣੀ ਜਾਂਦਾ। ਕਹਿੰਦਾ ਤੂੰ ਹੀ ਆ ਸਾਰਾ ਕੁਛ, ਉਹ ਤੂੰ ਹੀ ਆ ਸਾਰਾ ਕੁਛ, ਗੁੰਡਾ ਵੀ, ਬਦਮਾਸ਼ ਵੀ, ਸਟਾਰ ਵੀ, ਕਲਾਕਾਰ ਵੀ, ਬਾਲਾ ਘੈਂਟ ਆ ਨਾ ਤੂੰ, ਬਾਲਾ ਘੈਂਟ ਕਹੋਣਾ ਤੂੰ, ਫਿਰ ਗੈਬ ਕਿਉਂ ਹੋ ਜਾਂਦਾ ਜਦੋਂ ਕੋਈ ਪਿੰਡ ਆਉਂਦਾ ਗਾਦੀਆਂ ਕੱਢਣ, ਗੀਤਾਂ 'ਚ ਤਾਂ ਦੂਰੇ ਕਰ ਦਿੰਦਾ। ਕਰਨ ਔਜਲਾ ਤੋਂ ਬਾਅਦ ਉਹਨਾਂ ਦੇ ਹੀ ਸਾਥੀ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ ਦੀ ਵੀ ਸਿੱਧੂ ਨਾਲ ਖਾਸ ਟਸਲ ਚੱਲਦੀ ਦਿਖਾਈ ਦਿੰਦੀ ਹੈ, ਕਿਉਂਕਿ ਸਿੱਧੂ ਦਾ ਪਹਿਲਾ ਗਾਣਾ ਜੀ ਵੈਗਨ ਦੀਪ ਜੰਡੂ ਨੇ ਹੀ ਤਿਆਰ ਕੀਤਾ ਸੀ। ਉਸ ਤੋਂ ਬਾਅਦ ਸਿੱਧੂ ਨੇ ਸ਼ਰਿਆਮ ਇੱਕ ਇੰਟਰਵਿਊ ਵਿੱਚ ਦੀਪ ਜੰਡੂ ਤੇ ਉਹਨਾਂ ਦੇ ਗਾਣੇ ਲੀਕ ਕਰਨ ਦਾ ਦੋਸ਼ ਲਗਾ ਦਿੱਤੇ ਸਨ, ਜਿਸ ਤੋਂ ਬਾਅਦ ਇਹਨਾਂ ਵਿਚਕਾਰ ਖੜਕਣੀ ਸ਼ੁਰੂ ਹੋ ਗਈ। ਜਿਹੜੇ ਬੰਦੇ ਨੇ ਆ ਗਾਣਾ ਲਿਖਿਆ ਸਿੱਧੂ ਮੂਸੇਵਾਲੇ ਲਈ ਤਾਲੀ ਮਾਰ ਤੁਸੀਂ ਇੱਕ ਵਾਰੀ, ਬਾਈ ਦਾ ਬਹੁਤ ਬਹੁਤ ਧੰਨਵਾਦ, ਬਾਈ ਨੇ ਮੈਨੂੰ ਗਾਣਾ ਦਿੱਤਾ ਹੈ। ਇੱਕ ਦਿਨ ਦੇਖੀਏ ਸਹਿਉਣਾ ਸੋਣੀਏ, ਗਾਇਕ ਸਿੱਪੀ ਗਿੱਲ ਨੇ ਵੀ ਉਸ ਸਮੇਂ ਸਿੱਧੂ ਨਾਲ ਸਿੰਘ ਫਸਾ ਲਏ ਜਦੋਂ ਉਹਨਾਂ ਨੇ ਦੁਬਈ ਦੇ ਕਬੱਡੀ ਕੱਪ ਤੇ ਸਿੱਧੂ ਦੀਆਂ ਸਟੇਜਾਂ ਤੇ ਮਾਰੀਆਂ ਥਾਪੀਆਂ ਦਾ ਜਵਾਬ ਦਿੱਤਾ। ਸਿੱਪੀ ਦੀ ਸਿੱਧੂ ਨਾਲ ਤਕਰਾਰ ਇਸ ਕਰਕੇ ਵੀ ਹੋਈ ਕਿ ਸਿੱਧੂ ਨੇ ਉਹਨਾਂ ਦੇ ਗਾਣੇ ਕਾਲ 911 ਦਾ ਆਪਣੇ ਗਾਣੇ ਰਾਹੀਂ ਜਵਾਬ ਦਿੱਤਾ ਸੀ ਅਤੇ ਉਸ ਤੋਂ ਬਾਅਦ ਦੋਵੇਂ ਹੀ ਇੱਕ ਦੂਸਰੇ ਦੇ ਖਿਲਾਫ ਲਗਾਤਾਰ ਬੋਲਣ ਲੱਗੇ। ਭੈਣਾਂ ਦੇ ਲਈ ਜਿਹੜੀ ਤੂੰ ਗਾਲ ਜਿਹੜੀ ਤੂੰ ਯੂਜ਼ ਕਰ ਰਿਹਾ ਨਾ, ਜੇ ਵਾਕਿਆ ਹੀ ਸਰਦਾਰ ਆ ਤੇ ਜਦੋਂ ਹੁਣ ਮਿਲੇਗਾ ਆਹੀ ਗਾਲ ਮੂਹਰੇ ਬੈਠ ਕੇ ਕੱਢ ਕੇ ਦਿਖਾ ਮੇਰਾ ਵੀਰ, ਆਈ ਇੰਡੀਆ ਤੂੰ ਆ ਜਾਣਾ। ਨਵੇਂ ਪੰਜਾਬੀ ਗਾਇਕ ਜੱਸ ਮਾਨਕ ਨਾਲ ਵੀ ਸਿੱਧੂ ਨੇ ਖੁਦ ਪੰਗਾ ਲਿਆ, ਕਿਉਂਕਿ ਉਹਨਾਂ ਦੀ ਟੀਮ ਸਿੱਧੂ ਦੇ ਗਾਣੇ ਨੂੰ ਕਾਪੀ ਕਰਕੇ ਆਪਣੀ ਥੋੜੇ ਜਿਹੇ ਸ਼ਬਦ ਵਿੱਚ ਪਾ ਕੇ ਗਾਣੇ ਤਿਆਰ ਕਰਨ ਲੱਗੇ ਸਨ। ਇਸ ਤੋਂ ਬਾਅਦ ਸਿੱਧੂ ਨੇ ਆਪਣੇ ਲਾਈਵ ਸਟੇਜ ਸ਼ੋਅ ਤੋਂ ਪੂਰੀ ਟੀਮ ਨੂੰ ਹੀ ਖਰੀਆਂ ਸੁਣਾ ਦਿੱਤੀਆਂ, ਜਿਸ ਤੋਂ ਬਾਅਦ ਇਹਨਾਂ ਦੀ ਆਪਸ ਵਿੱਚ ਤਕਰਾਰ ਵੱਧ ਗਈ। ਕੀ ਅੱਟ ਦਾ ਮੁਕਾਬਲਾ ਕੀ ਕਰਕੇ ਦਿਖਾਉਣਾ ਤੁਸੀਂ, ਇਹ ਦਿਨ ਕਦੇ ਨਹੀਂ ਆਉਣਾ ਤੁਸੀਂ, ਪਤਾ ਇਹ ਗਾਣਾ ਲਿਖਣ ਦੀ ਵਜ੍ਹਾ ਕੀ ਸੀ? ਕਈ ਬੰਦੇ ਗਾਣਾ ਵੀ ਚੱਕ ਲੈਂਦੇ ਨੇ, ਵਰਡ ਵੀ ਚੱਕ ਲੈਂਦੇ ਨੇ, ਕੰਪੋਜੀਸ਼ਨ ਵੀ ਚੱਕ ਲੈ, ਫਿਰ ਕਹਿਣਗੇ 300 million ਵੀ ਹੋ ਗਿਆ ਜੀ ਸਾਡਾ। ਇਸ ਤੋਂ ਬਾਅਦ ਜੇਕਰ ਗੱਲ ਕਰੀਏ ਪੰਜਾਬੀ ਇੰਡਸਟਰੀ ਦੇ ਉਸਤਾਦ ਗਾਇਕ ਕਹੇ ਜਾਣ ਵਾਲੇ ਬੱਬੂ ਮਾਨ ਦੀ, ਤਾਂ ਕਿਹਾ ਜਾਂਦਾ ਕਿ ਸਿੱਧੂ ਮੂਸੇਵਾਲਾ ਖੁਦ ਬੱਬੂ ਮਾਨ ਦੀ ਬਰਾਬਰੀ ਕਰਨਾ ਚਾਹੁੰਦੇ ਹਨ ਅਤੇ ਜਦੋਂ ਇੱਕ ਲਾਈਵ ਸ਼ੋਅ ਦੌਰਾਨ ਬੱਬੂ ਮਾਨ ਨੇ ਸਿੱਧੂ ਦੇ ਵਿਰੋਧੀ ਗਾਇਕਾਂ ਦੀ ਸਪੋਰਟ ਕਰ ਦਿੱਤੀ ਤਾਂ ਸਿੱਧੂ ਨੇ ਆਪਣੀ ਵਿਦੇਸ਼ੀ ਸ਼ੋਅ ਤੇ ਇਨਡਾਇਰੈਕਟ ਤਰੀਕੇ ਨਾਲ ਬੱਬੂ ਮਾਨ ਨੂੰ ਵੀ ਜਵਾਬ ਦੇਣੇ ਸ਼ੁਰੂ ਕਰ ਦਿੱਤੇ। ਹਾਲਾਂਕਿ ਉਸ ਤੋਂ ਬਾਅਦ ਉਹਨਾਂ ਨੂੰ ਬੱਬੂ ਮਾਨ ਦੇ ਫੈਨਸ ਤੋਂ ਵੀ ਕਾਫੀ ਕੁਝ ਸੁਣਨਾ ਪਿਆ ਤੇ ਦੋਸਤੋ ਤੁਹਾਨੂੰ ਇੱਥੇ ਕੀ ਲੱਗਦਾ ਕਿ ਇਹਨਾਂ ਗਾਇਕਾਂ ਦੇ ਜਿਸ ਕਾਰਨ ਸਿੱਧੂ ਮੂਸੇਵਾਲੇ ਨਾਲ ਤਕਰਾਰ ਹੋਈ ਕੀ ਉਹ ਕਾਰਨ ਬਿਲਕੁਲ ਸਹੀ ਹੋਣਗੇ ਜਾਂ ਨਹੀਂ? ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੱਸਣਾ। ਧੰਨਵਾਦ, ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ।